ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ, ਜੋ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੋਹਣੇ ਪਵਿੱਤਰ ਉੱਚੇ ਸੁੱਚੇ ਦਰਬਾਰ ਦੇ ਵਿੱਚ, ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ, ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੇ ਤਪ ਅਸਥਾਨ 'ਤੇ ਹਾਜ਼ਰੀਆਂ ਭਰ ਰਹੇ ਹੋ। ਸੋ ਹੁਣੇ ਹੁਣੇ ਹੀ ਧੰਨ ਧੰਨ ਪਿਆਰੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੇ ਟੇਪ ਰਿਕਾਰਡ ਦੁਆਰਾ ਅੰਮ੍ਰਿਤ ਬਚਨ ਸਰਵਣ ਕੀਤੇ ਹਨ, ਜੋ ਇਸੇ ਹੀ ਪੂਰਨਮਾਸ਼ੀ ਦੇ ਹਨ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਦੇ ਹਨ। ਬਾਬਾ ਜੀ ਨੇ ਬਚਨ ਕੀਤੇ ਹਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੋ ਅੱਜ ਦੀ ਰਾਤ ਹੈ 12:21 'ਤੇ ਅਵਤਾਰ ਧਾਰਨ ਕੀਤਾ। ਸੋ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਜੀ ਵੀ ਅਤੇ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੀ ਵੀ ਇਸ ਜਗਰਾਤ ਰਾਤ ਨੂੰ ਆਪ ਵੀ ਜਗਰਾਤਰਾ ਕਰਿਆ ਕਰਦੇ ਸਨ, ਅਤੇ ਸਾਰੇ ਬਹਿੰਗਮਾ ਸੰਗੀਆਂ ਤੋਂ ਸਾਰੀਆਂ ਸੰਗਤਾਂ ਨੂੰ ਕਹਿੰਦੇ ਹਨ ਕਿ ਇੱਕ ਰਾਤ ਇਹ ਜਗਰਾਤਾ ਜਾਗਿਆ ਜਾਵੇ, ਸੇਵਾ ਸਿਮਰਨ ਕੀਤੀ ਜਾਵੇ ਤਾਂ ਸਾਲ ਭਰ ਦਾ ਫਲ ਮਿਲਦਾ ਹੈ। ਸੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਉਣ ਤੋਂ ਪਹਿਲਾਂ ਸਤਿਗੁਰੂ ਬਾਣੀ ਵਿੱਚ ਦੱਸਦੇ ਹਨ ਕਿ ਕਿਹੋ ਜਿਹਾ ਵਾਤਾਵਰਨ ਸੀ। ਕਲ ਕਾਤੀ ਰਾਜੇ ਕਾ ਸਾਈ, ਧਰਮ ਪਾਰਖ ਪੰਖ ਕਰ ਉੱਡਰਿਆ, ਕੂੜ ਅਮਾਵਸ ਸੱਚ ਚੰਦਰਮਾ ਦੀ ਸਹਿਨਾਈ ਕਹਿ ਚੜ੍ਹਿਆ। ਰਾਜੇ ਕਸਾਈ ਦਾ ਰੂਪ ਧਾਰਨ ਕਰ ਗਏ ਸਨ ਅਤੇ ਪਰਜਾ ਆਪਸ ਵਿੱਚ ਲੜ ਮਰ ਰਹੀ ਸੀ, ਅਤਿਆਚਾਰ ਜ਼ੁਲਮ ਹੋ ਰਿਹਾ ਸੀ, ਗਰੀਬਾਂ ਮਜ਼ਮੂਲਾਂ ਨੂੰ ਲਤਾੜਿਆ ਜਾ ਰਿਹਾ ਸੀ, ਹਿੰਦੂ ਅਤੇ ਮੁਸਲਮਾਨ ਦਾ ਬਹੁਤ ਜ਼ਿਆਦਾ ਆਪਸ ਵਿੱਚ ਟਕਰਾਓ ਚੱਲ ਰਿਹਾ ਸੀ। ਸੋ ਭਾਈ ਗੁਰਦਾਸ ਜੀ ਨੇ ਕਿੱਡਾ ਸੁੰਦਰ ਲਿਖਿਆ ਹੈ, ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ। ਜਿਹੜਾ ਹਨੇਰਾ ਹੁੰਦਾ ਹੈ ਇਹ ਤਾਂ ਲਾਈਟਾਂ ਨਾਲ ਦੂਰ ਹੋ ਜਾਂਦਾ ਹੈ, ਪਰ ਜਿਹੜੀ ਧੁੰਦ ਹੁੰਦੀ ਹੈ ਇਹ ਸੂਰਜ ਤੋਂ ਬਿਨਾਂ ਨਹੀਂ ਚੱਕੀ ਜਾਂਦੀ। ਉਸ ਵੇਲੇ ਜੋ ਧਰਮ ਸਥਾਨਾਂ 'ਤੇ ਜਿੱਥੋਂ ਦੁਨੀਆਂ ਨੂੰ ਸੇਧ ਮਿਲਣੀ ਸੀ, ਲਾਈਟ ਮਿਲਣੀ ਸੀ, ਧਰਮ ਦੀ ਚਾਨਣਾ ਮਿਲਣਾ ਸੀ, ਉੱਥੇ ਵੀ ਅਨਰਥ ਹੋ ਰਿਹਾ ਸੀ, ਵਹਿਮਾਂ ਭਰਮਾਂ ਦੇ ਵਿੱਚ ਦੁਨੀਆਂ ਨੂੰ ਪਾਇਆ ਜਾ ਰਿਹਾ ਸੀ। ਸੋ ਐਸੀ ਧੁੰਦ ਦੇ ਵਿੱਚ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਗਟ ਹੋਏ। ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ, ਤਾਰੇ ਛੱਪੇ ਅੰਧੇਰ ਪਲੋਆ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆ ਕੇ ਫਿਰ ਇਸ ਸੰਸਾਰ ਦੇ ਉੱਤੇ ਦੁਨੀਆਂ ਨੂੰ ਸਿੱਧੇ ਰਸਤੇ ਪਾਇਆ, ਵੱਡੇ ਵੱਡੇ ਤੀਰਥਾਂ 'ਤੇ ਜਾ ਕੇ ਉਹਨਾਂ ਦਾ ਜੋ ਪਖੰਡ ਸੀ ਉਹ ਜ਼ਾਹਰ ਕੀਤਾ। ਭੁੱਲੀ ਭਟਕੀ ਲੁਕਾਈ ਨੂੰ ਜੋ ਕੌਡੇ ਰਕਸ਼ ਵਾਰੇ ਵਰਗੇ ਸੱਜਣ ਠੱਗ ਵਰਗੇ ਜਿਹੜੇ ਇੰਨੇ ਜ਼ੁਲਮ ਕਰ ਰਹੇ ਸੀ, ਬੰਦਿਆਂ ਨੂੰ ਤਲ ਤਲ ਖਾ ਰਹੇ ਸੀ, ਸੋ ਉਹਨਾਂ ਨੂੰ ਵੀ ਸਿੱਧੇ ਰਸਤੇ ਸਤਿਗੁਰਾਂ ਨੇ ਪਾਇਆ, ਬਖਸ਼ਿਸ਼ਾਂ ਕੀਤੀਆਂ ਅਨੇਕਾਂ ਹੀ। ਬਾਬਾ ਜੀ ਦੇ ਬਚਨ ਹੈ, ਜਿਸ ਤਰ੍ਹਾਂ ਕੋਈ ਅਫਸਰ ਆਉਂਦਾ ਹੈ ਪਿੰਡ ਵਾਲੇ ਉਹਦੀ ਉਡੀਕ ਦੇ ਵਿੱਚ ਉਹਦੇ ਸਵਾਗਤ ਵਿੱਚ ਖੜ੍ਹੇ ਹੋਣ ਤਾਂ ਉਹ ਕਈ ਬਖਸ਼ਿਸ਼ਾਂ ਕਰ ਜਾਂਦਾ, ਕਈ ਦੇਣ ਦੇ ਜਾਂਦਾ ਹੈ। ਇਸੇ ਤਰ੍ਹਾਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਆਉਣ ਦੇ ਵੇਲੇ ਹੁਣ ਇਸ ਦਰਬਾਰ ਦੇ ਵਿੱਚ ਅਰਦਾਸ ਹੋਵੇਗੀ, ਅਰਦਾਸ ਤੋਂ ਬਾਅਦ ਫਿਰ ਇੱਥੇ ਹੀ ਕੀਰਤਨ ਸ਼ੁਰੂ ਹੋ ਜਾਣਾ, 12 ਤੱਕ ਕੀਰਤਨ ਹੋਵੇਗਾ। ਉਪਰੰਤ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੇ ਆਸਣ ਤੋਂ ਅਰਦਾਸ ਕਰਕੇ ਚੱਲਿਆ ਜਾਵੇਗਾ, ਫਿਰ ਸਰੋਵਰ 'ਤੇ ਅਰਦਾਸ ਹੋਵੇਗੀ, ਸਾਰੀਆਂ ਸੰਗਤਾਂ ਨੇ ਉੱਥੇ ਪਹੁੰਚ ਜਾਣਾ, ਅਰਦਾਸ ਤੋਂ ਬਾਅਦ ਸਾਰੀਆਂ ਸੰਗਤਾਂ ਨੇ ਫਿਰ ਇਸ਼ਨਾਨ ਕਰਨਾ, ਫਿਰ ਜੋ ਵੀ ਕੋਈ ਗੁੜਕੇ ਪੜ੍ਹ ਸਕਦਾ, ਸੁਖਮਨੀ ਸਾਹਿਬ ਦੇ ਪਾਠ, ਜਪਜੀ ਸਾਹਿਬ, ਮੂਲ ਮੰਤਰ, ਗੁਰਮੰਤਰ ਦਾ ਜਾਪ ਕਰਨਾ, ਸਾਰੀ ਰਾਤ ਇਹ ਜਗਰਾਤਰਾ ਕੱਟਣਾ, ਇੱਕ ਸਾਲ ਭਰ ਦਾ ਫਲ ਮਿਲਦਾ ਹੈ। ਕਿੱਡੀ ਮਹਾਂਪੁਰਖਾਂ ਨੇ ਬਾਬਾ ਜੀ ਨੇ ਬਖਸ਼ਿਸ਼ ਕੀਤੀ ਹੈ। ਸੋ ਆਓ ਸਰਵਣ ਕਰੀਏ। ਨਾਨਕ ਸਰ ਵਿਖੇ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਨੇ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਗਟ ਗੁਰਾਂ ਕੀ ਦੇਹ ਕਰਕੇ ਸੇਵਾ ਕੀਤੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪ੍ਰਗਟ ਕੀਤਾ। ਤਾਂ ਹੀ ਸਤਿਗੁਰਾਂ ਨੇ ਬਾਬਾ ਜੀ ਨੇ ਸਤਿਗੁਰਾਂ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਰੂਪ ਲਾਏ ਹਨ ਅਤੇ ਪੂਰਨਮਾਸ਼ੀ ਦਾ ਦਿਹਾੜਾ ਇਸੇ ਕਰਕੇ ਨਾਨਕਸਰ ਵਿਖੇ ਮਨਾਇਆ ਜਾਂਦਾ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੂਰਨਮਾਸ਼ੀ ਨੂੰ ਅਵਤਾਰ ਧਾਰਨ ਕੀਤਾ। 12 ਪੂਰਨਮਾਸ਼ੀਆਂ ਇੱਥੇ ਲੱਗਦੀਆਂ ਨੇ। ਇਹ ਵੱਡੀ ਪੂਰਨਮਾਸ਼ੀ ਹੈ, ਰਾਤ ਨੂੰ ਜਗਰਾਤਰਾ ਸੰਗਤ ਕਰਦੀ ਹੈ, ਪੂਰਨਮਾਸ਼ੀ ਨੂੰ ਫਿਰ ਵੱਡਾ ਦਰਬਾਰ ਵੱਡੇ ਹਾਲ ਦੇ ਵਿੱਚ ਸਜਦਾ ਹੈ। ਉੱਥੇ ਸੁੰਦਰ ਦਰਬਾਰ ਸਜਾ ਕੇ ਅਖੰਡ ਪਾਠਾਂ ਦੇ ਭੋਗ ਪੈਂਦੇ ਹਨ, ਉਪਰੰਤ ਰਾਗੀ ਸਿੰਘ ਕੀਰਤਨ ਕਰਦੇ ਹਨ, ਆਰਤੀ ਹੁੰਦੀ ਹੈ, ਫੁੱਲਾਂ ਦੀ ਵਰਖਾ ਹੁੰਦੀ ਹੈ, ਬੇਅੰਤ ਜੱਥੇ ਆ ਕੇ ਸੰਤ ਮਹਾਂਪੁਰ ਕਥਾ ਵਜਕ ਢਾਡੀ ਰਾਗੀ ਆ ਕੇ ਹਾਜ਼ਰੀਆਂ ਭਰਦੇ ਹੈ। ਸੁੰਦਰ ਦਰਬਾਰ 'ਚ ਜਿਹੜੇ ਇਸ ਪੂਰਨਮਾਸ਼ੀ 'ਤੇ ਹਾਜ਼ਰੀਆਂ ਭਰਦੇ ਆ, ਬਾਬਾ ਜੀ ਉਹਨਾਂ ਦੀਆਂ ਝੋਲੀਆਂ ਭਰਦੇ ਹੈ। ਕਿਵੇਂ ਨਾਨਕਸਰ ਵਿਖੇ ਪੂਰਨਮਾਸ਼ੀ ਦਾ ਦਿਹਾੜਾ ਲੱਗਦਾ ਹੈ ਅਤੇ ਆਹ ਜੋ ਅੱਜ ਦੀ ਰਾਤ ਦਾ ਵਰਣ ਹੈ, ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਤੋਂ ਵਰੋਂ ਸਾਹਿਬ ਮਹਾਂਪੁਰਖ ਸੰਤ ਬਾਬਾ ਗੇਜਾ ਸਿੰਘ ਦੀ ਲਿਖੀ ਹੋਈ ਰਚਨਾ ਨੂੰ ਕਵੀਸ਼ਰਾਂ ਪਾਸੋਂ ਇਸ ਤਰ੍ਹਾਂ ਸਰਵਣ ਕਰੋ ਜੀ। ਆ ਕੇ ਖੇਲ ਰਚਾਈ ਆਪੇ ਕਰਨੇ ਹਾਰੇ ਜੀ, ਨਾਨਕ ਸਰ ਦੇ ਅੰਦਰ ਬੱਧੇ ਸੁਜਰ ਨਜ਼ਾਰੇ ਜੀ, ਨਾਨਕ ਸਰ ਦੇ ਅੰਦਰ
बजे सुंदर नजारे जी। कारा करी जो कीती सोने कारीगर दी है, नानक सार कलेरी पुन्या पारी पर दी है। पिंड कलेरा इथों डेढ़ को मील जो पैंदा है, ताही नानक सार नू जगत कलेरा कहिंदा है। बार कलेरा कलेरा करती है, नानक सार कलेरी पुन्या पारी भरती है। नानक सार गुरुद्वारा मंदिर बनया वड्डा है, ए लगदी दा स्टेशन ते बसा दा अड्डा है। आउंदी जांदी रेल गड्डी बस एथे खड़दी है, नानक सार कलेरी पुन्या पारी भरदी है। देसां दे परदेसां विच्चों दूर दूर जी है जी, दूर दूर जी, नानक सर दी पुन्या है हो गई मशहूर जी। मल्लो मल्ली नीर चले जो बरखा बरदी है, नानक सार कलेरी पुन्या पारी भरदी है। जो भी दर्शन करता है जी इस दरबार दे, नेत्र विच्चों अथरू है पर आंदे प्यार दे। घर घर सोभा होवे सोने एस जो दर्दी है, नानक सार कलेरी पुन्या पारी भरदी है। बदले इथे बुद्ध शुद्ध हो हिरदा जांदा है, तन गुरु नानक तन मुखुए पिया अलांदा है। वाहे गुरु सतनाम कहे मुख सरद शरदी है, नानक सार कलेरी पुन्या पारी भरदी है। सजदा है दरबार वशाइया सुंदर करके ते, संत अतर रू क्योड़े छिड़कण बोतल परके ते। कहन लिखण तो उपर सोभा एस जो दर्दी है, नानक सार कलेरी पुन्या पारी भरदी है। कल युग बिघन ना पावे आके विच दरबार दे, लग जांदे है पैरे नंगी जो तलवार दे। खड़दे पैरे दार पहन के पूरी भरदी है, नानक सार कलेरी पुन्या पारी भरदी है। पुन्ने आउंदी संगी दूरों आउंदे है, बाबा जी दे दर ते आके शीश चकाउंदे है। मत्था टेकण सार मिटे सब सरदी दर्दी है, नानक सार कलेरी पुन्या पारी भरदी है। धन गुरु नानक दे पुन्या नू जग विच आए जी, तारक ते अवतार जगत दे दुख मिटाए जी। पुन्या दी जो रात पवित्र कीती हरदी है, नानक सार कलेरी पुन्या पारी भरदी है। हर के आई पुन्या काठ रखाए जांदे है, भोग विधि अनुसार उन्हां दे पाए जांदे है। पढ़े सुने जो बाणी बिपता उसकी डरदी है, नानक सार कलेरी पुन्या पारी भरदी है। कई जोड़ियां वाजे रखन पालो पाल जी, राबत मूरे टलियां कैसियां वाइलन नाल जी। करन आरती रागी बरखा फुलां दी वरदी है, नानक सार कलेरी पुन्या पारी भरदी है। रागी अते गंधर्व आन के राग लाउंदे है,
ਸਮੇਂ ਸਮੇਂ ਦੇ ਰਾਗ ਖੁਸ਼ੀ ਦੇ ਮੰਗਲ ਗਾਉਂਦੇ ਐ ਉਹ ਰਾਗ ਤਾਲ ਤੇ ਗਿਆਤੇ ਪ੍ਰੀਖਿਆ ਕਰਨ ਸਵਰਦੀ ਹੈ ਨਾਨਕ ਸਾਰ ਕਲੇਰੀ ਪੁੰਨਿਆ ਪਾਰੀ ਭਰਦੀ ਐ ਭਾਰਕ ਤੇ ਅਵਤਾਰ ਜਦੋਂ ਗੁਰੂ ਨਾਨਕ ਆਏ ਜੀ ਆਤਿਸ਼ ਬਾਜ਼ੀਆਂ ਪਟਾਕੇ ਉਦੋਂ ਜਾਨ ਚਲਾਏ ਜੀ ਆਸਬਾਜ਼ੀ ਵਿੱਚ ਗਗਨ ਦੇ ਠਾਠਾ ਕਰਦੀ ਐ ਨਾਨਕ ਸਾਰ ਕਲੇਰੀ ਪੁੰਨਿਆ ਪਾਰੀ ਭਰਦੀ ਐ ਇੱਥੇ ਮੈਂ ਅੰਤਰ ਜਾਮੀ ਧੰਨ ਗੁਰੂ ਨਾਨਕ ਰਹਿੰਦੇ ਐ ਮੂੰਹੋਂ ਮੰਗੀਆਂ ਮੁਰਾਦਾਂ ਭਾਵਨਾ ਵਾਲੇ ਲੈਂਦੇ ਐ ਅੰਮ੍ਰਿਤ ਵਰਖਾ ਵਰਛੇ ਮੇਰ ਜੋ ਕਲਗੀ ਤਰਦੀ ਹੈ ਨਾਨਕ ਸਾਰ ਕਲੇਰੀ ਪੁੰਨਿਆ ਪਾਰੀ ਭਰਦੀ ਐ ਗਾਈ ਪ੍ਰਸ਼ਾਦ ਵਰਤਦਾ ਇੱਥੇ ਸੰਗਤ ਆਈ ਨੂੰ ਦਿੱਤੇ ਜਾਂਦੇ ਪਾਠ ਵੰਡ ਕੇ ਮਾਈ ਪਾਈ ਨੂੰ ਉਹ ਮਾਲਾ ਗੁਟਕਿਆਂ ਨਾਲ ਪਾਠ ਜੋ ਸੰਗਤ ਕਰਦੀ ਐ ਨਾਨਕ ਸਾਰ ਕਲੇਰੀ ਪੁੰਨਿਆ ਪਾਰੀ ਭਰਦੀ ਐ ਪੜੇ ਸੁਣੇ ਕੋਈ ਬਾਣੀ ਕੋਈ ਹੈ ਮਾਲਾ ਫੇਰਦਾ ਇਸ ਤਰ੍ਹਾਂ ਨਿਸ ਬੀਤੇ ਹੋ ਜਾਏ ਵਕਤ ਸਵੇਰ ਦਾ ਉਹ ਇਸ ਰਾਤ ਜਗਰਾਤਰਾ ਸਾਰੀ ਸੰਗਤ ਕਰਦੀ ਹੈ ਨਾਨਕ ਸਾਰ ਕਲੇਰੀ ਪੁੰਨਿਆ ਪਾਰੀ ਭਰਦੀ ਐ ਉਹ ਦੁਖੀਆਂ ਦੇ ਦੁੱਖ ਟੁੱਟਦੇ ਦੁਖੀਆਂ ਦੇ ਦੁੱਖ ਟੁੱਟਦੇ ਰੋਗ ਹੁੰਦੇ ਦੂਰ ਜੀ ਕਾਰਜ ਹੁੰਦੇ ਸਿੱਧ ਬਗਨ ਸਭ ਹੁੰਦੇ ਦੂਰ ਜੀ ਉਹ ਮਨ ਨੂੰ ਆਵੇ ਸ਼ਾਂਤ ਜੀ ਤਬ ਦੀ ਕਾਇਆ ਠਰਦੀ ਹੈ ਨਾਨਕ ਸਾਰ ਕਲੇਰੀ ਪੁੰਨਿਆ ਪਾਰੀ ਭਰਦੀ ਐ ਆਸਾ ਵਨ ਜੋ ਆਸਾਂ ਪੂਰੀਆਂ ਕਰਕੇ ਜਾਂਦੇ ਐ ਖਾਲੀ ਨਾ ਕੋਈ ਜਾਵੇ ਝੋਲੀਆਂ ਭਰ ਕੇ ਜਾਂਦੇ ਐ ਕੋਈ ਵੀ ਦੁੱਧ ਪੁੱਤ ਜਾਂ ਆਸਾ ਕਰ ਲੈ ਜਰਦੀ ਹੈ ਨਾਨਕ ਸਾਰ ਕਲੇਰੀ ਪੁੰਨਿਆ ਪਾਰੀ ਭਰਦੀ ਐ ਹਾਜ਼ਰ ਨਾਜ਼ਰ ਸ਼ਕਤੀ ਜਾਹਰ ਅਤੇ ਜਹੂਰ ਜੀ ਦੁਖੀਆਂ ਦੇ ਦੁੱਖ ਟੁੱਟਦੇ ਆਸਾਂ ਹੁੰਦੀਆਂ ਪੂਰ ਜੀ ਉਹ ਤਾਂ ਹੀ ਦਿਨੋ ਦਿਨ ਚੜ੍ਹਦੀ ਕਲਾ ਜੋ ਨਾਨਕ ਸਰਦੀ ਐ ਨਾਨਕ ਸਾਰ ਕਲੇਰੀ ਪੁੰਨਿਆ ਪਾਰੀ ਭਰਦੀ ਐ ਹਰ ਕੇ ਆਈ ਪੁੰਨਿਆ ਅੰਮ੍ਰਿਤ ਛਕਾਇਆ ਜਾਂਦਾ ਹੈ ਕਲਗੀ ਤਰਦ ਸ਼ਮੇਸ਼ ਦੇ ਸਿੰਘ ਸਜਾਇਆ ਜਾਂਦਾ ਹੈ ਜੋ ਅੰਮ੍ਰਿਤ ਛਕ ਲੈਂਦਾ ਤ੍ਰਾਸੀ ਉਸਦੀ ਟਰਦੀ ਹੈ ਨਾਨਕ ਸਾਰ ਕਲੇਰੀ ਪੁੰਨਿਆ ਪਾਰੀ ਭਰਦੀ ਐ ਉਹ ਗੇਜਾ ਸਿੰਘ ਜੀ ਦੇਖੋ ਗੇਜਾ ਸਿੰਘ ਜੀ ਦੇਖੋ ਬੇਸ਼ੱਕ ਗੱਲ ਅਜਮਾ ਕੇ ਤੇ ਪੂਰੀ ਹੋਵੇ ਸਰਦਾ ਪੁੰਨਿਆ ਤੇਰਾ ਨਹਾ ਕੇ ਤੇ ਇਹ ਵੀ ਗੱਲ ਜ਼ਰੂਰੀ ਦਾਤ ਪਰ ਮਿਲਦੀ ਸ਼ਰਦੀ ਹੈ ਨਾਨਕ ਸਾਰ ਕਲੇਰੀ ਪੁੰਨਿਆ ਪਾਰੀ ਭਰਦੀ ਐ।